ਕਰੀ ਕਰਦਾ। ਕਿਹਦਾ ਹੈਪੀ ਬਰਥਡੇ ਆ ਜੀ? ਹਰਪਾਲ ਸਿੰਘ ਮਾਨ ਜੀ ਕਿਹਦਾ ਬਰਥਡੇ ਆ? ਵੇਟ ਇਜ਼ ਯੂਅਰ ਫੈਮਿਲੀ ਨਹੀਂ, ਵਟ ਯੂਅਰ ਫੈਮਿਲੀ ਨੇਮ? ਮਾਈ ਫੈਮਿਲੀ ਨੇਮ ਦਿਸ ਇਜ਼ ਏ ਪ੍ਰਭਜੋਤ ਕੌਰ, ਮਾਈ ਡੋਟਰ ਐਂਡ ਮਾਈ ਮਦਰ ਦਿਸ ਇਜ਼ ਏ ਅਮਰਜੀਤ ਕੌਰ ਐਂਡ ਮਾਈ ਵਾਈਫ ਅਮਨਦੀਪ ਕੌਰ ਐਂਡ ਮਾਈ ਚੈਲਿਡ ਅੰਸ਼ਦੀਪ ਸਿੰਘ ਸਿੱਧੂ, ਸਿੱਧੂ ਸਾਹਿਬ ਸਨ। ਲਓ ਜੀ ਸਨ, ਸਿੱਧੂ ਸਾਹਿਬ ਸੁਭਰਾਵਾਂ ਵਾਲੇ, ਪਲੀਜ਼ ਕਮ ਹੇਅਰ, ਇੱਥੇ ਆ ਜਾਓ ਅੰਸ਼ਦੀਪ। ਲਓ ਜੀ ਚੈਲੰਜ ਚੱਲਣ ਲੱਗਾ ਜੇ ਅੱਗੇ। ਹੈਲੋ ਜੀ, ਹੈਲੋ ਹਰਪਾਲ ਸਿੰਘ ਜੀ, ਵੀਰੇ ਸਾਡੇ ਨਾਂ ਬੋਲਿਆ ਕਰੋ। ਲਓ ਜੀ ਹਰਪਾਲ ਸਿੰਘ ਜੀ ਬੋਲਤਾ ਤੁਹਾਡਾ ਨਾਂ ਵੀ। ਚਲੋ ਅਮਨ ਕਰੋ ਖੜਾ ਪੇਜ ਤੁਹਾਨੂੰ। ਦੱਸੋ ਜੀ ਕਿਹੜਾ ਕਲਰ ਆ? ਸੋਚ ਸਮਝ ਕੇ ਔਲ ਪ੍ਰਭ ਨੇ ਕੀਤਾ ਕਿਹੜਾ? ਪਿੰਕ। ਮੰਮੀ ਤੁਸੀਂ ਕਿਹੜਾ ਸੋਚਦੇ ਜੇ? ਮੰਮੀ ਸੋਚ ਕੇ ਕਰਿਓ ਕੰਮ ਜਿਹੜਾ ਵੀ ਕਰਨਾ। ਲਓ ਜੀ ਦਾਦੀ ਨੇ ਕੀਤਾ ਔਰੇਂਜ ਤੇ ਰੈਡ। ਰੈਡ ਦਾਦੀ ਕਹਿੰਦੀ ਰੈਡ ਆ ਤੇ ਪ੍ਰਭ ਕਹਿੰਦੀ ਆ ਪਿੰਕ ਆ। ਕਮੈਂਟਾਂ 'ਚ ਦੱਸੋ ਕਿਹੜਾ ਜਿੱਤ ਗਿਆ ਤੇ ਕਿਹੜਾ ਹਾਰ ਗਿਆ। ਲਓ ਜੀ ਤਿਆਰੀ ਕਰੋ, ਕਿੰਨੇ ਕਰਨੀ ਆ? ਪ੍ਰਭ ਜਿੱਤ ਗਈ ਆ। ਪ੍ਰਭ ਜਿੱਤੀ? ਕੌਣ ਜਿੱਤਿਆ? ਦਾਦੀ ਦੇ ਪ੍ਰਭ, ਦਾਦੀ ਜਾਂ ਪ੍ਰਭ? ਦੋਵੇਂ ਹਾਰ ਗਏ। ਦੋਵੇਂ ਫੇਸ ਲਾ ਲਿਓ ਦੋਵੇਂ ਹੀ। ਜੇ ਦੋਵੇਂ ਹਾਰ ਗਏ ਦੋਵਾਂ ਦਾ ਫੇਸ ਲੱਗੂਗਾ, ਜੇ ਇੱਕ ਜਿੱਤ ਗਿਆ ਇੱਕ ਬਚ ਜੂਗਾ। ਅਜੇ ਬਦਲਣਾ ਨਹੀਂ ਹੈ, ਬਦਲਣਾ ਨਹੀਂ, ਉਹ ਰਹੂਗਾ, ਉਹ ਪੇਜ ਰਹੂਗਾ। ਲਓ ਜੀ ਕਮੈਂਟਾਂ 'ਚ ਦੱਸੋ ਕੌਣ ਜਿੱਤ ਗਿਆ। ਲਓ ਜੀ ਦਾਦੀ ਜਾਂ ਪ੍ਰਭ, ਦਾਦੀ ਜਿੱਤ ਗਈ ਜਾਂ ਪ੍ਰਭ? ਦਾਦੀ ਜੀ ਰਵਿੰਦਰ ਕੌਰ ਜੀ ਕਹਿ ਰਹੇ ਨੇ ਤੁਹਾਨੂੰ ਗੇਮ ਸਮਝਾ ਦਿਓ। ਗੇਮ ਹੈਗੀ ਆ, ਰੰਗ ਪਏ ਨੇ ਸਾਰੇ ਪੇਜਾਂ ਦੇ, ਇਹ ਕਲਰ ਪੇਜ ਜਿਹੜੇ ਅੱਗੇ ਪਏ ਆ, ਪਿੱਛੋਂ ਜਿਹੜਾ ਪੇਜ ਖੜਾ ਕੀਤਾ ਜਾਊਗਾ ਉਹ ਪੇਜ ਦਾ ਗੈਸ ਕਰਨਾ ਕਲਰ। ਜਿਹਨੇ ਗੈਸ ਕਰ ਲਿਆ ਬਾਜੂ, ਜੇ ਦੋਵੇਂ ਗੈਸ ਕਰ ਲੈਣਗੇ ਤਾਂ ਵੀ ਬਚ ਜਾਣਗੇ, ਦੋਵੇਂ ਵੀ ਕਰ ਸਕਦੇ, ਇੱਕੋ ਥਾਂ 'ਤੇ ਰੱਖ ਸਕਦੇ ਆ। ਅਤੇ ਜਿਹਨੇ ਰੋਂਗ ਕੀਤਾ ਉਹਦਾ ਫੇਸ ਵੇਖਿਓ ਉਹਨੇ ਕੀ ਬਣਦਾ। ਲਓ ਜੀ ਦੈਟ ਇਜ਼ ਰਾਈਟ ਤੇ ਪ੍ਰਭਜੋਤ ਜੀ ਰੋਂਗ, ਤਾਂ ਕਰਾਂ ਆਹ ਬਣਨਾ ਜੀ, ਆਹ ਜੇ ਗੇਮ ਦਾ ਚੈਲੰਜ। ਦਾਦੀ ਜਿੱਤ ਗਈ, ਦਾਦੀ ਤਾੜੀਆਂ। ਹੈ ਹਾਏ ਹਾਏ, ਕੀ ਹੋਇਆ ਹੁਣ? ਹੁਣ ਆਵਾਜ਼ ਨਿਕਲੀ ਉਹਨਾਂ ਦੀ? ਐਣ ਮੂੰਹ ਕਰ, ਮੂੰਹ ਐਣ ਕਰ, ਹੁਣ ਆਵਾਜ਼ ਨਿਕਲੀ ਆ ਐ। ਮੇ ਮੰਮੀ ਤੇਰੀ ਨੇ ਲਾਇਆ ਜੀ, ਤੇਰੀ ਮੰਮੀ ਨੇ ਲਾਇਆ। ਗੁਰ ਗੁਰਵਿੰਦਰ ਸਿੰਘ ਜੀ ਕਹਿ ਰਹੇ ਨੇ ਇਹ ਆਟਾ ਹੀ ਜਾਂ ਪਾਊਡਰ ਹੀ, ਇਹ ਤੁਸੀਂ ਦੱਸੋ, ਇਹ ਤੁਸੀਂ ਦੱਸੋ ਵੀ ਇਹ ਆਟਾ ਹੀ ਜਾਂ ਪਾਊਡਰ ਹੀ, ਇਹ ਤੁਸੀਂ ਦੱਸੋ ਇਹ ਆਟਾ ਹੀ ਜਾਂ ਪਾਊਡਰ ਹੀ। ਚਲੋ ਅੱਗੇ ਆ ਜਾਓ, ਅੱਗੇ ਬੱਚਿਆਂ ਦੀ ਮੰਮੀ ਦਾਦੀ ਤੁਸੀਂ ਜਾਓ ਪਿੱਛੇ। ਹਾਂ ਹਾਂ, ਚਾਹ ਤੂੰ ਬੈਠੀ ਰਹਿ, ਫਿਰ ਜਦੋਂ ਤੂੰ ਦਾਦੀ ਹਾਰ ਜਾਏਗੀ ਫਿਰ ਪਿੱਛੇ ਜਾਏਗੀ, ਜਿਹੜਾ ਜਿੱਤੂਗਾ ਉਹ ਬੈਠਾ ਰਹੂਗਾ। ਲਓ ਜੀ ਜਿਹੜੇ ਪਹਿਲੀ ਵਾਰ ਚੈਨਲ ਲਾਏ ਨੇ ਚੈਨਲ ਕਰ ਲਓ ਸਬਸਕ੍ਰਾਈਬ, ਬੈਲ ਆਇਕਨ ਆਪ ਲਓ। ਨਵੀਂ ਗੇਮ ਦਾ ਨਵਾਂ ਚੈਨਲ ਲੈ ਕੇ ਤੁਹਾਡੇ ਵਿਚਕਾਰ ਲਾਈਵ ਹੋ ਚੁੱਕੇ ਹਾਂ ਤੇ ਗੇਮ ਦਾ ਚੈਲੰਜ ਬਹੁਤ ਵਧੀਆ ਵਾ, ਸਕਿੱਪ ਨਾ ਕਰਿਓ ਵੀਡੀਓ, ਲਾਸਟ ਤੱਕ ਜ਼ਰੂਰ ਵੇਖਿਓ। ਚਲੋ ਜੀ 1 2 3 ਓ ਨਹੀਂ ਆਹ ਕੰਮ ਨਹੀਂ ਹੋਣਾ, ਆਹ ਸਟੀਲ ਦੇ ਕੈਨ ਥਾਣੀ ਪਿੱਛੇ ਵੇਂਦੀ, ਸਟੀਲ ਦੇ ਕੈਨ ਥਾਣੀ ਪਿੱਛੇ ਵੇਂਦੀ ਪ੍ਰਭ, ਏਦਾਂ ਨਹੀਂ, ਕੈਨ ਥੱਲੇ। ਰਵਿੰਦਰ ਕੌਰ ਜੀ ਕਹਿ ਰਹੇ ਪਾਊਡਰ ਨਹੀਂ ਜੀ ਇਹ ਆਟਾ। ਲਓ ਜੀ ਹੁਣ ਚਲੋ ਪ੍ਰਭ ਕਰ, 1 2 3 ਸਟਾਰਟ। ਵਾਹ ਜੀ ਵਾਹ, ਵਾਹ ਜੀ ਵਾਹ, ਦਾਦੀ ਨੇ ਸੁੱਖਣਾ ਸੁੱਖ ਲਈ ਆ, ਦਾਦੀ ਨੇ ਸੁੱਖਣਾ ਸੁੱਖ ਲਈ ਆ। ਦਾਦੀ ਕਹਿੰਦੀ ਵੀ ਬਦਲਣਾ ਨਹੀਂ ਆ, ਦਾਦੀ ਨੇ ਕਿਹਾ ਵੀ ਕਲਰ ਚੇਂਜ ਨਹੀਂ ਕਰਨਾ, ਦਾਦੀ ਨੇ ਕਿਹਾ ਕਲਰ ਚੇਂਜ ਨਹੀਂ ਕਰਨਾ। ਦੱਸੋ ਕਮੈਂਟਾਂ 'ਚ ਕੀ ਹੋਇਆ? ਲਓ ਜੀ ਓਏ ਅੰਸ਼ ਉੱਥੇ ਬਹਿ, ਆਪਣਾ ਆਪਣੀ ਜਗ੍ਹਾ 'ਤੇ ਬਹਿ। ਲਓ ਜੀ ਅੰਸ਼ ਪੁੱਤਰ ਆਈ ਲਵ ਯੂ, ਬਲਵਿੰਦਰ ਸਿੰਘ ਜੀ ਕਹਿ ਰਹੇ ਨੇ ਆਈ ਲਵ ਯੂ ਕਹਿ ਦੇ, ਆਈ ਲਵ ਯੂ 2 ਕਹਿ ਦਿਓ ਨਾ, ਆਈ ਲਵ ਯੂ 2 ਬੋਲੋ ਬੇਟਾ। ਤੈਨੂੰ ਵੀ ਵਿੱਚ ਲੈਣਾ ਵਾ, ਇਹ ਤੋਂ ਬਾਅਦ ਤੇਰੀ ਵੀ ਟਰਨ ਆਉਣੀ ਆ, ਨਾਰਾਜ਼ ਨਾ ਹੋ। ਲਓ ਜੀ
ਕੌਣ ਜਿੱਤਿਆ? ਦੀ ਬਹੁਤ ਸਮਾਰਟ ਹੋ ਤੁਸੀਂ, ਗੁਰਵਿੰਦਰ ਸਿੰਘ ਜੀ ਕਹਿ ਰਹੇ ਆ, ਤੈਨੂੰ ਨੀ ਕਹਿ ਰਹੇ, ਉਹਨੂੰ ਕਹਿ ਰਹੇ ਆ, ਉਹਨੂੰ ਕਹਿ ਰਹੇ ਦੀਦੀ ਤੁਸੀਂ ਬਹੁਤ ਸਮਾਰਟ ਹੋ। ਲਓ ਜੀ ਕਮੈਂਟਾਂ 'ਚ ਦੱਸੋ, ਸ਼ਰਮਾ ਆ ਗਿਆ ਅੰਸ਼, ਬਿਲਕੁਲ ਸ਼ਰਮਾ ਆ ਗਿਆ ਅੰਸ਼ ਨਾ, ਆਹਦਾ ਮੈਂ ਵੀ ਆਉਣਾ ਵਾ, ਇਹਨੇ ਪਿਆਟਾ ਉਟਾ ਨਾ ਹੀ ਲਾਈਏ ਇਹਦੇ ਮੂੰਹ 'ਤੇ, ਬੱਚਾ ਵਾ। ਲਓ ਜੀ ਕੌਣ ਜਿੱਤਿਆ? ਕਮੈਂਟਾਂ 'ਚ ਆਓ, ਝੜੀਆਂ ਲਾਓ, ਐਂ ਲਾ ਕੇ ਵਿਖਾ ਭਰਾ, ਭਾਅ ਦਿੰਦਾ ਨਹੀਂ ਇੱਦਾਂ ਕੰਮ। ਕੌਣ ਜਿੱਤਿਆ? ਇੱਕ ਵੀਰ ਨੇ ਹੋਰ ਹੀ ਕੁਝ ਲਿਖਿਆ ਸੀ, ਵਹੀਕਲ ਵਾਲੇ ਕਲਾਸਿਕ ਨੰਬਰ, ਵੀ ਆਈ ਪੀ ਨੰਬਰ ਵਾਲੇ ਵੀਰ ਨੇ, ਵੀਰੇ ਯਾਰ ਗੱਡੀ ਦੇ ਨੰਬਰ ਵੀ ਪਲੇਟ ਵੀ ਆਈ ਪੀ ਲਵਾਉਣੀ, ਤੇਰੇ ਤੋਂ ਲਵਾਵਾਂਗੇ, ਆਪਣਾ ਨੰਬਰ ਦੇ ਦੇਈ ਯਾਰ। ਲਓ ਜੀ ਦੱਸੋ ਜੀ ਦਾਦੀ ਜਿੱਤੀ ਜਾਂ ਕੌਣ ਜਿੱਤਿਆ? ਕੌਣ ਜਿੱਤਿਆ ਬੋਲੋ, ਤੁਹਾਨੂੰ ਕੀ ਲੱਗਦਾ? ਕੁਛ ਕਹਿ ਨਹੀਂ ਸਕਦੇ ਕੌਣ ਜਿੱਤਿਆ ਜੇ, ਤੂੰ ਦੱਸ ਵੀ ਦਾਦੀ ਜਿੱਤ ਗਈ ਹੋਗੀ, ਹੈ ਹੈ ਦਾਦੀ ਜਿੱਤੀ ਆ? ਭਰਾ ਉਦਾਂ ਹੀ ਕਰਦੇ ਜਿੱਦਾਂ ਕਿਸੇ ਗੱਡੀ, ਪਿੱਛੇ ਨਹੀਂ ਵੇਖਣਾ ਤੁਸੀਂ, ਜਿੱਦਾਂ ਰਾਈਟ ਹੀ ਉਦਾਂ ਹੀ ਗੱਡੀ ਕਰਦੇ।